ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਸਾਡੀ ਬੇਨਤੀ ਪ੍ਰਵਾਨ ਕਰਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਗੌਰਵਮਈ ਇਤਿਹਾਸ ਦੇ ਉਹਨਾਂ ਵਰਕਿਆਂ ਨੂੰ ਸਾਂਝਾ ਕੀਤਾ ਹੈ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਸਤਪਾਲ ਸਿੰਘ ਜੀ ਅਤੇ ਸਾਥੀ ਸਟੇਜ 'ਤੇ ਸ਼ੋਭਤ ਹੋਣ ਦੀ ਕਿਰਪਾਲਤਾ ਕਰਨ। ਮੈਂ ਬੈਠਾ ਬੈਠਾ ਸੋਚ ਰਿਹਾ ਸੀ ਵੀ ਸਾਡੀ ਮਾਤਾਵਾਂ ਭੈਣਾਂ ਸਿੰਘਣੀਆਂ ਇਹ ਮਤ ਸੋਚਣ ਵੀ ਸਾਰੀ ਗੱਲ ਪੜਚੋਲ ਕਰਨ ਦੀ ਸਾਰੇ ਸਿੰਘਾਂ ਦੀ ਗੱਲ ਹੀ ਹੋ ਰਹੀ ਹੈ, ਸਾਨੂੰ ਆਪਾਂ ਵੀ ਪੜਚੋਲ ਕਰਨ ਦੀ ਲੋੜ ਹੈ। ਇਹਨਾਂ ਸਾਰੀ ਜੰਗਾਂ ਇਹਨਾਂ ਸਾਰੇ ਮਾਹੌਲ ਵਿੱਚ ਮਾਤਾਵਾਂ ਭੈਣਾਂ ਬੀਬੀਆਂ ਦਾ ਵੀ ਬਹੁਤ ਵੱਡਾ ਰੋਲ ਰਿਹਾ। ਬੀਬੀ ਹਰਸ਼ਰਨ ਕੌਰ ਜੀ ਦਾ ਨਾਮ ਬਹੁਤ ਘੱਟ ਲੋਕਾਂ ਨੇ ਸੁਣਿਆ ਜਿਹੜੇ ਇਤਿਹਾਸ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੇ ਚਮਕੌਰ ਦੀ ਗਲੀ ਦੇ ਸਿੰਘਾਂ ਦੀ ਅੰਤਮ ਸੰਸਕਾਰ ਕੀਤਾ, ਜਿਨ੍ਹਾਂ ਨੇ ਅਗਨ ਭੇਟ ਕੀਤਾ। ਮੈਂ ਕਦੀ ਕਦੀ ਸੋਚਣਾ ਵੀ ਇਮੈਜਿਨ ਕਰੋ ਵੀ ਚਮਕੌਰ ਦੀ ਜੰਗ ਸਮਾਪਤ ਹੋਈ ਹੈ, ਰਾਤ ਹੋਈ ਹੈ, ਦੁਸ਼ਮਣ ਟਿਕਾਣਾ ਨੇੜੇ ਹੀ ਹੈ, ਅੰਧੇਰੇ ਵਿੱਚ ਗੁਰੂ ਪਿਆਰਿਆਂ ਸਿੱਖਾਂ ਦੀ ਲੋਥ ਲੱਭਣੀ। ਔਰ ਵੈਸੇ ਹੀ ਪਤਾ ਵੀ ਸੁੱਤਾ ਬੰਦਾ ਜਾਂ ਜਿਹੜਾ ਬੰਦਾ ਮ੍ਰਿਤਕ ਸਰੀਰ ਹੋਵੇ ਉਹ ਕਿਤਨਾ ਕੁ ਭਾਰਾ ਹੋ ਜਾਂਦਾ ਹੈ। ਕੱਲੀ ਬੀਬੀ ਜੰਗ ਦੇ ਮੈਦਾਨ ਵਿੱਚ 36 ਸਰੀਰਾਂ ਨੂੰ ਚੁੱਕ ਕੇ ਇਕੱਠਾ ਕੀਤਾ ਇੱਕ ਥਾਂ ਤੇ। ਉਸ ਬੀਬੀ ਬਾਰੇ ਇਮੈਜਿਨ ਤਾਂ ਕਰੋ, ਉਹਨਾਂ ਠੰਡ ਦੀਆਂ ਰਾਤਾਂ ਕੱਲੀ ਬੀਬੀ 36 ਮ੍ਰਿਤਕ ਸਰੀਰਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ, ਫਿਰ ਉਹਨਾਂ ਦੇ ਲੋੜ ਅਨੁਸਾਰ 19 ਲੱਕੜ ਵੀ ਇਕੱਠੀ ਕੀਤੀ, ਫਿਰ ਲੱਕੜ ਇਕੱਠੀ ਕਰਕੇ ਕਿਤਨਾ ਸਮਾਂ ਲੱਗਾ ਹੋਣਾ, ਆਵਾਜ਼ ਨਾ ਹੋਵੇ, ਕਿਵੇਂ ਕੰਮ ਹੋਵੇ, ਦੁਸ਼ਮਣ ਨੂੰ ਪਤਾ ਨਾ ਲੱਗੇ, ਤਾਂ ਜਿਸ ਮਕਸਦ ਕਰਕੇ ਆਈ ਆ ਉਹ ਮਕਸਦ ਪੂਰਾ ਹੋ ਸਕੇ। ਫਿਰ ਉਹਨੂੰ ਅਗਲ ਭੇਟ ਕੀਤਾ ਤੇ ਕੋਲ ਬੈਠ ਕੇ ਪਾਠ ਕਰਨ ਲੱਗ ਪਏ। ਕਹਿੰਦੇ ਫੌਜੀ ਆ ਕੇ ਦੇਖਿਆ, ਅੱਗ ਬਲਦੀ ਦੇਖ ਕੇ ਦੌੜ ਕੇ ਆਏ, ਡਿਸਕਸ਼ਨ ਹੋਈ, ਚਰਚਾ ਵੀ, ਇਹ ਕੀ ਕਰ ਰਹੀ ਹੈ? ਉਹ ਕਹਿੰਦੀ ਆਪਣੇ ਭਰਾਵਾਂ ਦਾ ਸੰਸਕਾਰ ਕਰ ਰਹੀ ਆ। ਕਹਿੰਦੇ ਤੂੰ ਉਹਨਾਂ ਨੂੰ ਕਿਹਾ ਵੀ ਤੈਨੂੰ ਪਤਾ ਸਰਕਾਰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਅੱਗੋ ਚੜ੍ਹਦੀ ਕਲਾ ਦੀ ਬੀਬੀ ਨੇ ਜਵਾਬ ਦਿੱਤਾ ਵੀ ਭਰਾਵਾਂ ਦੇ ਅਗਨ ਭੇਟ ਕਰਨ ਲਈ ਮੈਨੂੰ ਸਰਕਾਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਦੋ ਤਿੰਨ ਏਦਾਂ ਦੇ ਸਵਾਲ ਉਹਨਾਂ ਨੇ ਹੋਰ ਪੁੱਛੇ ਤੇ ਬੀਬੀ ਦੀ ਦਲੇਰੀ ਦੇਖ ਕੇ ਬੀਬੀ ਨੇ ਵੀ ਕਿਰਪਾਨ ਧੂ ਲਈ। ਜੰਗ ਵੀ ਹੋਈ ਪਰ ਬੀਬੀ ਕਿੰਨੀ ਕੁ ਦੇਰ ਮੁਕਾਬਲਾ ਕਰਦੀ? ਫਿਰ ਉਸ ਮਹਾਨ ਬੀਬੀ ਹਰਸ਼ਰਨ ਕੌਰ ਜੀ ਨੂੰ ਚੁੱਕ ਕੇ ਉਸੇ ਚਿਤਾ ਵਿੱਚ ਉਹਨਾਂ ਨੇ ਸੁੱਟ ਦਿੱਤਾ। ਉਹਨਾਂ ਦੀ ਵੀ ਸ਼ਹਾਦਤ ਉੱਥੇ ਹੋਈ ਹੈ। ਤੇ ਇਹ ਬਾਤ ਸੋਚੀਏ ਵੀ ਕੇਵਲ ਸਿੰਘਾਂ ਨੇ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਤੇ ਆਪਾਂ ਪੜਚੋਲ ਕਰਨਾ। ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਯਾਦ ਮਨਾ ਰਹੇ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਇਹਦੇ ਵਿੱਚ ਰਿਹਾ ਵੇ। ਸੋ ਭਾਈ ਸਾਹਿਬ ਜੀ ਸਟੇਜ 'ਤੇ ਸ਼ੋਭਤ ਹਨ, ਜਿਨ੍ਹਾਂ ਨੇ ਸਵਾ ਘੰਟੇ ਲਈ ਅੱਜ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਾ ਵੇ। ਆਓ ਇੱਕ ਜਕਾਰੇ ਰਾਹੀਂ ਮਾਹੌਲ ਵੀ ਬਣਾਈਏ, ਇਕਾਗਰਤਾ ਵੀ ਬਣਾਈਏ ਤੇ ਉਸ ਗੁਰਬਾਣੀ ਦੇ ਕੀਰਤਨ ਆਨੰਦ ਲਈਏ। ਬੋਲੇ ਮਾਂ ਜੀ, ਮੈਨੂੰ ਇੱਕ ਹੁਕਮ ਹੋਇਆ, ਇਹ ਵੀ ਸਿੱਖੀ ਕਰ ਸਕਦੀ ਹੈ ਵੀ ਜਿੱਥੇ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ ਉੱਥੇ ਬਲੱਡ ਡੋਨੇਸ਼ਨ ਦਾ ਕੈਂਪ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਕਰਕੇ ਬਲੱਡ ਡੋਨੇਸ਼ਨ ਦਾ ਕੈਂਪ ਲੱਗਾ ਵੇ। ਜ਼ਰੂਰ ਅਸੀਂ ਬਲੱਡ ਡੋਨੇਟ ਕਰੀਏ ਤੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ। ਇੱਕ ਹੋਰ ਵਿਸ਼ੇਸ਼ ਕੈਂਪ ਥਲੇ ਲੱਗਾ ਵੇ ਕਿ ਬਲੱਡ ਕੈਂਸਰ ਦਾ ਵੀ ਇਲਾਜ ਹੋ ਸਕਦਾ। ਤੁਹਾਡੇ ਕਿਸੇ ਜਾਣ ਪਛਾਣ ਕਿਸੇ ਵਿਅਕਤੀ ਨੂੰ ਇਹ ਪ੍ਰੋਬਲਮ ਹੋਵੇ, ਤੁਸੀਂ ਥੱਲੇ ਜਾ ਕੇ ਉਹ ਵੀ ਪਤਾ ਕਰ ਸਕਦੇ ਹੋ, ਉਹ ਵੀ ਡਿਸਕਸ ਕਰ ਸਕਦੇ ਹੋ। ਉਹਦੇ ਲਈ ਵੀ ਡਾਕਟਰ ਬੈਠੇ ਨੇ ਤੇ ਹੋਮੋਪੈਥਿਕ ਦੇ ਐਡਵਾਂਸ ਸਟੱਡੀ ਲਿਟਰੇਚਰ ਤੇ ਉਹ ਵੀ ਡਾਕਟਰ ਸਾਹਿਬ ਬੈਠੇ ਨੇ, ਉਹਦੇ ਬਾਰੇ ਵੀ ਤੁਸੀਂ ਆਪ ਜੀ ਨਾਲ ਡਿਸਕਸ ਕਰ ਸਕਦੇ ਹੋ। ਵਾਹਿਗੁਰੂ ਸਾਹਿਬ
Sunita
ਸਤਿਗੁਰ ਸੁਣੇ ਸਾਚੀ ਪ੍ਰੀਤ ਹਮ ਤੁਮ ਸੋ ਸੰਗ ਤੋਰੀ ਤੁਮ ਸੋ ਜੋਰੇ ਅਵਰ ਸੰਗ ਤੋਰੀ ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਸਾਚੀ ਸਾਚੀ ਪ੍ਰੀਤ
जह जाओ। सत्संग जी सारे ही मिलके इस पावन शब्द का गायन करिए जी। कोई भी रसना वांझी ना रहे, सारे नु बेनती है सारे मिलके कृपा करो। आवन जाना हुक्म तिसे का, आवन जाना हुक्म तिसे का, हुक्म बुझ समावे गे बहर हम काहे आवेंगे, बहर हम काहे आवेंगे। आवन जाना हुक्म तिसे का,
हम काहे आवेंगे, बहुत हम काहे आवेंगे। आवन जाना हुक्म तिसे का, आवन जाना हुक्म तिसे का, हुक्म कुछ समावे हम काहे आवेंगे, बहुत हम काहे हम काहे आवेंगे, सर पड़ो बहुत हम काहे आवेंगे। आवन जाना हुक्म तिसे का, आवन जाना हुक्म तिसे का, हुक्म कुछ समावेंगे, बहुत हम काहे आवेंगे, बहुत हम काहे आवेंगे।
ਬੁਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵੇਗੇ ਜਿਤ ਹਮ ਤੈਸੇ ਕਰਮ ਕਮਾਵੇਂਗੇ
ਸਤ ਸੰਗਤ ਜੀ, ਇੱਕ ਵਾਰੀ ਫੇਰ ਸਾਰੇ ਮਿਲ ਕੇ ਨਾ ਪਾਵਨ ਪੰਕਤੀਆਂ ਦਾ ਗਾਇਨ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਮਿਲ ਕੇ ਕਿਰਪਾ ਕਰੋ। ਬਹੁਤ ਹਮ ਕਾਹੇ ਸਾਰੇ ਪੜੋ, ਬਹੁਤ ਹਮ ਕਾਹੇ ਆਵਣ ਜਾਣਾ ਹੁਕਮ ਤਿਸੈ ਕਾ, ਆਵਣ ਜਾਣਾ ਤਿਸੈ ਕਾ, ਆਵਣ ਜਾਣਾ ਹੁਕਮ ਤਿਸੈ ਕਾ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੇ ਬੁਝ ਸਮਾਵੇਂਗੇ ਬਹੁਤ ਹਮ ਕਾਹੇ ਬਹੁਤ ਹਮ ਕਾਹੇ ਆਵੇਂਗੇ ਆਵੇਂਗੇ। ਛੱਡ ਮੈਂ ਮੇਰਾ ਕਰ ਬੰਦਗੀ, ਛੱਡ ਮੈਂ ਮੇਰਾ ਹਿਰਦੇ ਦਾ ਸਮਾਲ ਸਵੇਰਾ, ਹਿਰਦੇ ਨਾਮ ਸਮਾਲ ਸਵੇਰਾ, ਰਹਿਣ ਕੇ ਦਿਨਾਂ
बेनती है सारे रंग मिलके इस पावन शब्द का गायन करो जी। कोई भी रचना वांझी ना रहे, सारे मिलके कृपा करो। क्या तू जन्म से राधा
पलटना सवारा जन्म सिरानो पलटना सदा नमस्कार सदा नमस्कार सदा नमस्कार सदा नमस्कार नानक तिस जन को सदा नमस्कार नानक तिस जन को सदा नमस्कार सदा नमस्कार नानक तिस जन को सदा नमस्कार नानक तिस जन को सदा नमस्कार आप मुक्त मुक्त करे संसार आप मुक्त मुक्त करे सदा नमस्कार सदा नमस्कार सदा नमस्कार सदा नमस्कार नानक तिस जन को सदा नमस्कार सारे जपो नानक तिस जन को सदा नमस्कार सदा नमस्कार सदा नमस्कार सदा नमस्कार नानक तिस जन को सदा
इस जन को सदा नमस्कार। सदा नमस्कार, सदा नमस्कार।
सदा नमस्कार नानक तिस जन को सदा नमस्कार नानक तिस जन को सदा नमस्कार आप मुक्त मुक्त करे किस जन को सदा नमस्कार नानक किस जन को सदा नमस्कार सदा नमस्कार नानक तिस जन को सदा नमस्कार सदा नमस्कार सदा नमस्कार सदा नमस्कार सदा नमस्कार नानक तिस जन को सदा नमस्कार नानक तिस जन को सदा नमस्कार नानक तिस जन को सदा नमस्कार सदा नमस्कार सदा नमस्कार पढ़ो सदा नमस्कार सदा नमस्कार नानक तिस जन को सदा नमस्कार सारे जपो नानक तिस जन को सदा नमस्कार नानक तिस जन को सदा नमस्कार सो आओ गुरु प्यारी सात संगत जी इतनी तो हाजरी फरवान करनी जी हो या बेअंत प्रकार दियां भुल्लां बख्श लैणियां दास तहे दिलो धन्नवादी है साढ़े बहुत ही सत्कारयोग प्रधान साहब जी पैसा भाई बलजीत सिंह जी बहुत ही दास ने तारीफ सुनी उन्होंने स्टाफ वालों बड़े ही प्यार वाले बड़े ही जीवन वाले हैं
ਤੇ ਨਾਲ ਹੀ ਬਹੁਤ ਹੀ ਧੰਨਵਾਦੀ ਹਾਂ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਹੁਕਮ ਲਾਇਆ ਤੇ ਆਪ ਗੁਰੂ ਰੂਪ ਸੰਗਤਾਂ ਦੇ ਦਰਸ਼ਨ ਹੋਏ। ਸਭ ਤੋਂ ਵੱਧ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਛਤਰ ਛਾਇਆ ਹੇਠ ਗੁਰੂ ਕੀਰਤਨ ਗੁਰੂ ਜਸ ਗਾਇਨ ਕਰਕੇ ਆਪਣਾ ਜਨਮ ਸਫਲਾ ਕੀਤਾ ਹੈ। ਆਓ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ। ਆਓ ਸਾਰੇ ਮਿਲ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।